ਇਹੀ ਕਾਰਨ ਕਈ ਵਾਰੀ ਬੰਦੇ ਜਿਹੜੇ ਜਪਜੀ ਸਾਹਿਬ ਬੇਧਿਆਨਾ ਪੜ੍ਹਦੇ ਆ ਨਾ, ਉਹ ਸਵੇਰੇ 27ਵੀਂ ਪੌੜੀ ਸੌਦਰ ਦੀ ਤੋਂ ਸਿੱਧਾ ਰਹਿ ਰਸ ਦਾ ਪਾਠ ਮੁਕਾ ਜਾਂਦੇ। ਜੋ ਤੇਰਾ ਕੀਤਾ ਜਦ ਤੋਂ ਨਹੀਂ, ਫਿਰ ਕਹਿੰਦਾ ਵੀ ਮੈਂ ਤਾਂ ਜਪਜੀ ਸਾਹਿਬ ਸ਼ੁਰੂ ਕੀਤਾ ਸੀ। ਮਹਾਰਾਜ ਨੇ ਤਾਂ ਲਿਖਿਆ ਵੀ ਤੂੰ ਸੁਚੇਤ ਹੋ ਕੇ ਪਾਠ ਕਰੀ। ਇਹੀ ਕਾਰਨ ਜਪਜੀ ਸਾਹਿਬ ਰਿਪੀਟ ਹੁੰਦਾ ਆਨੰਦ, ਇਵਨ ਕਿ ਜਾਪ ਸਾਹਿਬ ਰਿਪੀਟ ਬਹੁਤ ਹੁੰਦਾ।